ਪਰਮ ਪੂਜਨੀਕ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਣੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਮਹਾਂਪੁਰਖ, ਉਹਨਾਂ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਅੰਦਰ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਮਹਾਂਪੁਰਖਾਂ ਦੇ ਆਗਮਨ ਪੁਰਬ ਦੀਆਂ ਲੱਖਾਂ ਵਾਰ ਵਧਾਈਆਂ ਹੋਣ, ਕਿਉਂਕਿ ਐਸੇ ਮਹਾਂਪੁਰਖਾਂ ਨੂੰ ਗੁਰਬਾਣੀ ਦੇ ਅੰਦਰ ਧੰਨ ਕਿਹਾ। ਧੰਨ ਕਿਉਂ? ਪਾਤਸ਼ਾਹ ਕਹਿੰਦੇ ਜਿਹੜੇ ਜਨਾਂ ਦੇ ਦਰਸ਼ਨ ਕਰਕੇ ਤੁਹਾਨੂੰ ਪਰਮਾਤਮਾ ਦਾ ਨਾਮ ਚੇਤੇ ਆ ਜੇ ਉਹਨਾਂ ਨੂੰ ਧੰਨ ਕਹਿਣਾ ਬਣਦਾ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਭਾਉ ਜਨ ਕੇ ਸੰਗ ਚਿੱਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਸਦਾ ਨਮਸਕਾਰ। ਮੈਨੂੰ ਗੱਲ ਚੇਤੇ ਆਈ, ਜਦੋਂ ਅਸੀਂ ਇੱਕ ਸਾਲ ਇੱਥੇ ਰਹੇ, ਸ਼ਾਮ ਨੂੰ ਅਸੀਂ ਆ ਸੜਕ 'ਤੇ ਸੈਰ ਕਰਨ ਚਲੇ ਗਏ। ਇੱਕ ਰੌਲੀ ਪਿੰਡ ਦਾ ਬੰਦਾ, ਉਹ ਡਿਊਟੀ ਕਰਦਾ ਸੀ ਮੋਗੇ, ਸ਼ਰਾਬ ਉਹਦੀ ਪੀਤੀ ਵੀ, ਉਹਨੇ ਉਹ ਸੜਕ 'ਤੇ ਸਾਈਕਲ ਕਢਿਆ ਕੇ ਜੁੱਤੀ ਲਾ ਕੇ ਗੁਰਦੁਆਰਾ ਸਾਹਿਬ ਵੱਲੋਂ ਮੱਥਾ ਟੇਕਿਆ। ਅਸੀਂ ਵੀ ਵੇਖਿਆ, ਕਹਿੰਦਾ ਜੀ ਤੁਸੀਂ ਇੱਥੇ ਰਹਿੰਦੇ ਹੋ? ਅਸੀਂ ਆਖਿਆ ਹਾਂਜੀ। ਕੀ ਕਰਦੇ ਹੋ ਇੱਥੇ ਬਈ? ਅਸੀਂ ਆਖਿਆ ਜੀ ਕਰਦੇ ਤਾਂ ਕੁਛ ਨਹੀਂ, ਜੋ ਗੁਰਬਾਣੀ 'ਚ ਆਪਾਂ ਨੂੰ ਕਿਹਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਂਪੁਰਖ ਸਾਤੋਂ ਨਾਮ ਜਪਾਉਂਦੇ ਆ ਸਾਨੂੰ ਤਾਰਨ ਵਾਸਤੇ। ਉਹ ਕਹਿੰਦਾ ਜੀ ਇੰਨਾ ਤਾਂ ਮੈਨੂੰ ਗਿਆਨ ਨਹੀਂ ਹੈ, ਪਰ ਇੱਕ ਗੱਲ 'ਤੇ ਮੈਂ ਬਲਿਹਾਰ ਬਲਿਹਾਰ ਜਾਂਦਾ, ਅੰਦਰ ਤਾਂ ਨਹੀਂ ਮੈਂ ਜਾ ਸਕਦਾ ਕਿਉਂਕਿ ਮੇਰੀ ਮੱਧ ਪੀਤੀ ਹੈ, ਪਰ ਹਰ ਰੋਜ਼ ਜਦੋਂ ਮੈਂ ਇੱਥੋਂ ਦੀ ਲੰਘਦਾ ਮੇਰੇ ਮਨ ਨੂੰ ਇੱਕ ਵਿਲੱਖਣ ਸ਼ਾਂਤੀ ਆਉਂਦੀ ਆ, ਮੇਰੇ ਮੁੱਖ 'ਚੋਂ ਆਪ ਮਹਾਰੇ ਵਾਹਿਗੁਰੂ ਨਿਕਲਦਾ। ਮੈਂ ਇੱਥੇ ਖੜ ਕੇ ਜੋੜਾ ਲਾ ਕੇ ਇਸ ਸਥਾਨ ਨੂੰ ਨਮਸਕਾਰ ਕਰਦਾ। ਤਾਂ ਫਿਰ ਪਾਤਸ਼ਾਹ ਨੇ ਗੁਰਬਾਣੀ 'ਚ ਆਪਾਂ ਨੂੰ ਗਿਆਨ ਦਿੱਤਾ, ਜਨ ਆਵਨ ਕਾ ਇਹ ਸੁਆਓ ਜਨ ਕੇ ਸੰਗ ਚਿੱਤ ਆਵੇ ਨਾਓ। ਐਸੇ ਮਹਾਂਪੁਰਸ਼ਾਂ ਦੀ ਜਾਤ 'ਚ ਆਪਾਂ ਜੁੜੇ ਹਾਂ। ਬਹੁਤ ਸਾਰੇ ਗੁਰਮੁਖਾਂ ਨੇ ਆਪੋ ਆਪਣੀ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ, ਤੇਤੀ ਜਿਹੋ ਜੀ ਪਰਮਾਤਮਾ ਨੇ ਸੁਤਾ ਬਖਸ਼ੀ ਉਹਨਾਂ ਦੀ ਵਡਿਆਈ ਆਪਾਂ ਸਾਂਝੀ ਕੀਤੀ। ਮੇਰੇ 'ਤੇ ਵੀ ਕਿਰਪਾ ਕੀਤੀ ਮਹਾਂਪੁਰਖਾਂ ਨੇ। ਮੈਂ ਖੇਤ ਥੋੜ੍ਹਾ ਜਿਹਾ ਕਿਰਤ ਕਰ ਰਿਹਾ ਸੀ, ਮਨ 'ਚ ਇੱਕ ਵਿਚਾਰ ਬਣ ਗਿਆ ਕਿ ਕਵਿਤਾ ਲਿਖੀ ਜਾਵੇ। ਉਹ ਕਵਿਤਾ ਦੇ ਅੰਦਰ ਕੋਸ਼ਿਸ਼ ਕੀਤੀ ਆ ਉਹਨਾਂ ਦੀ ਜ਼ਿੰਦਗੀ ਦੇ ਕੁਝ ਕੁ ਮਹਾਨ ਪਹਿਲੂ ਜਿਹੜੇ ਧਰਮ ਦੀ ਦੁਨੀਆ 'ਚ ਕਿਤੇ ਕਿਤੇ ਮਿਲਦੇ ਆ। ਆਪਾਂ ਸੁਣ ਰਹੇ ਸੀ ਨਾ ਵੀ ਗੁਰਬਾਣੀ ਵੀ ਪੜ੍ਹਦੇ ਹਾਂ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ,
ਵਿਭੂਤੇ। ਪਰ ਸਾਰੀ ਧਰਮ ਦੀ ਦੁਨੀਆ 'ਚੋਂ ਕੋਈ ਬਿਰਲਾ ਬਿਰਲਾ ਮਹਾਂਪੁਰਸ਼ਾ ਜੀ ਨੇ ਉਹਨੂੰ ਦਿਖਾਤਾ ਕਿ ਪਰਮਾਤਮਾ ਕਿਵੇਂ ਨੇੜੇ ਆ ਅਤੇ ਕਿਵੇਂ ਉਹਨੂੰ ਵੇਖਣਾ। ਉਹ ਆਪਣੇ ਕੋਲ ਸਮਾਂ ਥੋੜ੍ਹਾ, ਕਵਿਤਾ ਦੀ ਟੇਕ ਆ, ਦੇ ਗਏ ਭੁੱਲੇ ਜੀਵਾਂ ਥਾਈਂ ਭੇਦ ਨਿਰੰਕਾਰ ਦਾ। ਜਿਹੜੇ ਆਪਾਂ ਸਾਰੇ ਆਪਣੇ ਜੀਵਨ ਦੇ ਅਸਲੀ ਰਸਤੇ ਤੋਂ ਭੁੱਲ ਕੇ ਭੁੱਲੀ ਫਿਰੇ ਗਵਾਰ, ਭੁੱਲ ਗਏ ਸੀ ਕਿ ਪਰਮਾਤਮਾ ਨੂੰ ਕਿਵੇਂ ਵੇਖਣਾ, ਕਿੱਥੇ ਰਹਿੰਦਾ, ਕਿਹੋ ਜਿਹਾ ਉਹਦਾ ਰੂਪ ਆ, ਕਿਵੇਂ ਪਰਮਾਤਮਾ ਦਾ ਜਾਪ ਕਰਨਾ, ਕਿਤੇ ਗੁਰਬਾਣੀ ਦੀਆਂ ਪੰਗਤੀਆਂ ਸਾਡੇ ਜੀਵਨ 'ਚ ਅੜਿੱਕਾ ਨਾ ਬਣ ਜਾਣ, ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ ਜਾਏ। ਉਹ ਕੋਸ਼ਿਸ਼ ਕੀਤੀ ਥੋੜ੍ਹੀ ਬਹੁਤ ਮਹਾਂਪੁਰਖਾਂ ਦੀ ਯਾਦ 'ਚ ਇੱਕ ਕਵਿਤਾ ਲਿਖਣ ਦੀ, ਆਸ ਆ ਤੁਸੀਂ ਸਾਰੇ ਪਸੰਦ ਕਰੋਗੇ ਅਤੇ ਮਹਾਂਪੁਰਖ ਨਦਰ ਕਰਨਗੇ। ਭਾਈ ਸੇਵਾ ਸਿੰਘ ਦੀ, ਭਾਈ ਸੇਵਾ ਸਿੰਘ ਦੀ ਅਨੋਖੀ ਹੈ ਕਹਾਣੀ ਜੀ, ਰਾਮ ਜਿਨ੍ਹਾਂ ਨੇ ਡੂੰਗੀ ਦੱਸੀ ਗੁਰਬਾਣੀ ਦੀ, ਰਾਮ ਜਿਨ੍ਹਾਂ ਨੇ ਡੂੰਗੀ ਜੀ ਦਾ ਹਰ ਬੋਲ ਮਨਾ, ਜੀ ਦਾ ਹਰ ਬੋਲ ਮਨਾ, ਤਪ ਧਿਆਨ ਉਠਾਰਦਾ, ਦੇ ਗੇ ਭੁੱਲੇ ਜੀਵਾਂ ਤਾਈਂ ਭੇਦ ਨਿਰੰਕਾਰ ਦਾ, ਦੇ ਗੇ ਭੁੱਲੇ ਜੀਵਾਂ ਤਾਈਂ। ਕਿੰਨਾ ਸੋਹਣਾ ਪਰ ਬੁਨੇ, ਕਿੰਨਾ ਸੋਹਣਾ ਪਰ ਬੁਨੇ, ਖੇਲ ਇਹ ਰਚਾਇਆ ਹੈ ਜੀ ਦਾ ਗੁਰਬਾਣੀ ਭੇਦ ਖੋਲ ਸਮਝਾਇਆ ਹੈ ਜੀ ਦਾ ਸਾਰਾ ਭੇਦ। ਪਰ ਸੱਚੇ ਸੰਤ ਬਿਨਾਂ ਜੀਵ, ਸੱਚੇ ਸੰਤ ਬਿਨਾਂ ਜੀਵ ਜਨ ਮਾਨੂ ਹਾਰਦਾ, ਦੇ ਗੇ ਭੁੱਲ ਜੀਵਾਂ ਤਾਈਂ ਭੇਦ ਨਿਰੰਕਾਰ ਦਾ, ਦੇ ਗੇ ਭੁੱਲ ਜੀਵਾਂ ਤਾਈਂ। ਤੁਰ ਦਰਗਾਹੋਂ ਡਿਊਟੀ, ਤੁਰ ਦਰਗਾਹੋਂ ਡਿਊਟੀ, ਪ੍ਰਭੂ ਨੇ ਲਾਈ ਸੀ ਆਗਿਆਕਾਰੀ ਪੁੱਤ ਬਣ ਪ੍ਰੇਮ ਸੇ ਨਿਭਾਈ ਸੀ, ਆਗਿਆਕਾਰੀ ਪੁੱਤ ਬਣ। ਆਗਿਆਕਾਰੀ ਕਿਉਂ ਸ਼ਬਦ ਆਇਆ? ਭਾਈ ਸਾਹਿਬ ਨੇ ਘੁਰਾਲੀ ਕੈਂਪ ਰੱਖਿਆ ਸੀ 7 ਦਿਨ ਦਾ। ਉੱਥੇ ਇੱਕ ਬੀਬੀ ਨੂੰ ਮਹਾਰਾਜ ਨੇ ਕਿਰਪਾ ਕਰਕੇ ਆਪਦੇ ਅਕਾਲ ਪੁਰਖ ਨੇ ਦਰਸ਼ਨ ਬਖਸ਼ੇ, ਦਰਸ਼ਨ ਸੰਗਤ 'ਚ ਬੈਠੀ ਹੋ। ਉਹਨਾਂ ਨੇ ਪੁੱਛਿਆ, ਕਹਿੰਦੇ ਬੀਬਾ ਤੈਨੂੰ ਕਿਹਨੇ ਭੇਜਿਆ ਸਾਡੇ ਤੱਕ? ਉਹਨੇ ਪਿਆਰ 'ਚ ਕਹਿਤਾ, ਜੀ ਮੈਂ ਭਾਈ ਸੇਵਾ ਸਿੰਘ ਧਰਮਾਲਾ ਦੀ ਸੰਗਤ ਕਰਦੀ ਹਾਂ। ਅਤੇ ਅਕਾਲ ਪੁਰਖ ਨੇ ਕੀ ਕਿਹਾ? ਉਹ ਕਹਿੰਦੇ ਬੇਟਾ, ਉਹ ਸਾਡੇ ਆਗਿਆਕਾਰੀ ਪੁੱਤਰ ਨੇ, ਤੁਰ ਦਰਗਾਹੋਂ ਡਿਊਟੀ ਪ੍ਰਭੂ ਨੇ ਲਾਈ ਸੀ ਆਗਿਆਕਾਰੀ ਪੁੱਤ ਬਣ ਪ੍ਰੇਮ ਸੇ ਨਿਭਾਈ ਸੀ, ਆਗਿਆਕਾਰੀ ਪੁੱਤ ਬਣ। ਚੁੱਕਿਆ ਸੀ ਬੀੜਾ ਸੱਚ, ਚੁੱਕਿਆ ਸੀ ਬੀੜਾ ਸੱਚ ਬਾਲੇ ਪ੍ਰਚਾਰ ਦਾ, ਦੇ ਗੇ ਭੁੱਲ ਜੀਵਾਂ ਤਾਈਂ ਭੇਦ ਨਿਰੰਕਾਰ ਦਾ, ਦੇ ਗੇ ਭੁੱਲ ਜੀਵਾਂ ਤਾਈਂ। ਇੱਥੇ ਲੋਕ ਬਹੁਤ ਹੈ ਜਿਹੜੇ
ਇੱਥੇ ਲੋਕ ਬਹੁਤ ਹੈ ਜਿਹੜੇ ਦੁਖੀ ਹੋਏ ਆਉਂਦੇ ਨੇ, ਸੁਣ ਕੇ ਵਿਚਾਰ ਸੁੱਖ ਆਤਮਕ ਪਾਉਂਦੇ ਨੇ, ਸੁਣ ਕੇ ਵਿਚਾਰ ਕਿਉਂਕਿ ਦੁੱਖ ਸੁੱਖ ਕੱਪੜਾ ਹੈ, ਦੁੱਖ ਸੁੱਖ ਕੱਪੜਾ ਹੈ ਸਾਰੇ ਸੰਸਾਰ ਦਾ, ਦੇਗੇ ਭੁੱਲ ਜੀਵਾਂ ਤਾਈਂ ਭੇਦ ਨਿਰੰਕਾਰ ਦਾ, ਦੇਗੇ ਭੁੱਲ ਜੀਵਾਂ ਤਾਈਂ ਗੁਰਬਾਣੀ ਵਿੱਚ ਜਿਹੜੀ, ਗੁਰਬਾਣੀ ਵਿੱਚ ਜਿਹੜੀ ਵਿਧੀ ਦੱਸੀ ਜਾਪਦੀ, ਤੌਨ ਮੇ ਧਿਆਨ ਰੱਖ ਸੰਗਤ ਅਲਾਪਦੀ, ਤੌਨ ਮੇ ਧਿਆਨ ਰੱਖ ਜਿਹਦੇ ਨਾਲ ਜੀਵ ਪੰਜਾ, ਜਿਹਦੇ ਨਾਲ ਜੀਵ ਪੰਜਾ ਚੋਰਾਂ ਨੂੰ ਸੰਘਾਰਦਾ, ਦੇਗੇ ਭੁੱਲ ਜੀਵਾਂ ਤਾਈਂ ਭੇਦ ਨਿਰੰਕਾਰ ਦਾ, ਦੇਗੇ ਭੁੱਲ ਜੀਵਾਂ ਤਾਈਂ ਧਰਮ ਜੁੱਧ ਮੋਰ ਚੇਚ, ਧਰਮ ਜੁੱਧ ਮੋਰ ਚੇਚ ਵੱਡਾ ਯੋਗਦਾਨ ਹੈ, ਸੰਤ ਤੇ ਸਿਪਾਹੀ ਵਾਲੀ ਸੇਵਾ ਵੀ ਮਹਾਨ ਹੈ, ਸੰਤ ਤੇ ਸਿਪਾਹੀ ਵਾਲੀ ਮਿਲਿਆ ਸੰਜੋਗ ਸਤ, ਮਿਲਿਆ ਸੰਜੋਗ ਸਤ ਜੁਗੀ ਪਰਵਾਰ ਦਾ, ਦੇਗੇ ਭੁੱਲ ਜੀਵਾਂ ਤਾਈਂ ਭੇਦ ਨਿਰੰਕਾਰ ਦਾ, ਦੇਗੇ ਭੁੱਲ ਜੀਵਾਂ ਤਾਈਂ ਸਾਹਿਬ ਤਾਂ ਹੈ ਬਹੁਤ ਨੇੜੇ, ਵਾਹਿਗੁਰੂ ਬਹੁਤ ਨੇੜੇ, ਦਿੰਦਾ ਨਾ ਦਿਖਾਈ ਜੀ ਵੇਖਣਾ ਹੈ ਕਿਵੇਂ ਸਾਰੀ ਜੁਗਤੀ ਸਿਖਾਈ ਜੀ, ਵੇਖਣਾ ਹੈ ਕਿਵੇਂ ਕਰਨਾ ਦੀਦਾਰ ਕਿਵੇਂ, ਕਰਨਾ ਦੀਦਾਰ ਕਿਵੇਂ ਪਰਵਦਗਾਰ ਦਾ, ਦੇਗੇ ਭੁੱਲ ਜੀਵਾਂ ਤਾਈਂ ਭੇਦ ਨਿਰੰਕਾਰ ਦਾ, ਦੇਗੇ ਭੁੱਲ ਜੀਵਾਂ ਤਾਈਂ ਦਲਵੀਰ ਸਿੰਘ ਹੁਣ, ਦਲਵੀਰ ਸਿੰਘ ਹੁਣ ਮੁੱਖ ਸੇਵਾਦਾਰ ਨੇ, ਸਾਰੀ ਸੰਗਤ ਨੂੰ ਬਹੁਤ ਕਰਦੇ ਪਿਆਰ ਨੇ, ਸਾਰੀ ਸੰਗਤ ਨੂੰ ਬਹੁਤ ਖੇੜਿਆ ਹੈ ਬੂਟਾ ਇਹ, ਖੇੜਿਆ ਹੈ ਬੂਟਾ ਇਹ ਸੱਚੀ ਗੁਲਜ਼ਾਰ ਦਾ, ਦੇਗੇ ਭੁੱਲ ਜੀਵਾਂ ਤਾਈਂ ਭੇਦ ਨਿਰੰਕਾਰ ਦਾ, ਦੇਗੇ ਭੁੱਲ ਜੀਵਾਂ ਤਾਈਂ ਮੋਗੇ 'ਚ ਬਣਾਇਆ ਇੱਕ, ਮੋਗੇ 'ਚ ਬਣਾਇਆ ਇੱਕ ਸਾਂਝਾ ਸਥਾਨ ਹੈ, ਜਿੱਥੇ ਵਖਿਆਨ ਹੁੰਦਾ ਬਰਮ ਗਿਆਨ ਹੈ, ਜਿੱਥੇ ਵਖਿਆਨ ਹੋਵੇ ਦਰਸ਼ਨ ਸਿੰਘ ਬਾਤਾਂ ਸੱਚੀਆਂ ਉਚਾਰਦਾ, ਦੇਗੇ ਭੁੱਲ ਜੀਵਾਂ ਤਾਈਂ ਭੇਦ ਨਿਰੰਕਾਰ ਦਾ, ਦੇਗੇ ਭੁੱਲ ਜੀਵਾਂ ਤਾਈਂ। ਇਸ ਤਰ੍ਹਾਂ ਮਹਾਂਪੁਰਖਾਂ ਨੇ ਅਕਾਲ ਪੁਰਖ ਵੱਲੋਂ ਲਾਈ ਡਿਊਟੀ ਇੰਨੀ ਪ੍ਰੇਮ ਨਾਲ ਨਿਭਾਈ ਅਤੇ ਮਾਲਕ ਨੂੰ ਦੱਸਣਾ ਪਿਆ ਕਿ ਸਾਡਾ ਆਗਿਆਕਾਰੀ ਪੁੱਤ ਹੈ। ਗੁਰੂ ਪਿਆਰੀ ਸਾਧ ਸੰਗਤ, ਅੱਜ ਆਪਾਂ ਸਾਰੇ ਉਹਨਾਂ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਅੰਦਰ ਇਕੱਠੇ ਹੋਏ ਹਾਂ।
ਵਾਹਿਗੁਰੂ ਜੀ ਰਹਿਮਤ ਕਰਨ, ਉਹਨਾਂ ਦਾ ਦਿੱਤਾ ਹੋਇਆ ਗੁਰਬਾਣੀ ਦਾ ਉਪਦੇਸ਼ ਜੋ ਹੁਣ ਭਾਈ ਦਲਵੀਰ ਸਿੰਘ ਜੀ ਆਪਾਂ ਨੂੰ ਸਾਂਝਾ ਕਰ ਰਹੇ ਆ, ਆਪਣੇ ਕਠੋਰ ਹਿਰਦਿਆਂ ਦੇ ਅੰਦਰ ਵਸਜੇ। ਇਹ ਆਪਣੀ ਸਾਰਿਆਂ ਦੀ ਸਤਿਗੁਰ ਅੱਗੇ ਅਰਦਾਸ ਕਰੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਬੋਲਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤ ਅਤੇ ਗੁਰੂ ਸਾਹਿਬ ਬਖਸ਼ਣਯੋਗ ਬਖਸ਼ ਲੈਣਾ ਜੀ, ਬਹੁਤ ਧੰਨਵਾਦ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਆਪਾਂ ਨੂੰ ਆਪਣੀ ਗੋਦ 'ਚ ਬਿਠਾਇਆ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲਾ, ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਸ਼ ਕੀਤਾ। ਆਓ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਅਸੀਸ ਬਖਸ਼ੋ ਦੇਹੋ ਸੱਜਣ ਅਸੀਸੜੀਆਂ, ਜਾਂ ਹੋਵੇ ਸਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।